ਨੈਸ਼ਨਲ ਪੰਥਕ ਦਲ ਅਤੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਵੱਲੋਂ DGP ਦਿਨਕਰ ਗੁਪਤਾ ਦੇ ਉਸ ਬਿਆਨ ਖਿਲਾਫ਼ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਉਹਨਾਂ ਕਰਤਾਰਪੁਰ ਸਾਹਿਬ ਦਰਸ਼ਨ ਵਾਲੇ ਸ਼ਰਧਾਲੂਆਂ ਬਾਰੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਜਾ ਕੇ 6 ਘੰਟਿਆਂ ਵਿੱਚ ਅੱਤਵਾਦੀ ਬਣ ਜਾਣਗੇ ਅਤੇ ਬੰਬ ਬਣਾਉਣ ਦੀ ਟ੍ਰੇਨਿੰਗ ਲੈ ਸਕਦੇ ਨੇ। ਰੋਸ ਪ੍ਰਦਰਸ਼ਨ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਦੇ DC ਸਰਦਾਰ ਕੁਲਵੰਤ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ DGP ਨੂੰ ਬਰਖਾਸਤ ਕਰਨ ਅਤੇ ਉਹਨਾਂ ਖਿਲਾਫ਼ 295A ਧਾਰਾ ਲਾ ਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਰੋਸ ਪ੍ਰਦਰਸ਼ਨ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੇ ਬਾਬਾ ਸਤਨਾਮ ਸਿੰਘ ਬਲੀਆਂ, ਪੰਜਾਬ ਪ੍ਰਧਾਨ ਧਾਰਮਿਕ ਵਿੰਗ ਭਾਈ ਲਖਵਿੰਦਰ ਸਿੰਘ, ਪੰਜਾਬ ਪ੍ਰਧਾਨ ਭਾਈ ਪਿੱਪਲ ਸਿੰਘ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਭਾਈ ਨਸੀਬ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਭਾਈ ਤਰਸੇਮਪਾਲ ਸਿੰਘ, ਬਲਾਕ ਪ੍ਰਧਾਨ ਮਮਦੋਟ, ਭਾਈ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਕੱਲ ਕਲਾਂ ਅਤੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਵੱਲੋਂ ਮਨਜਿੰਦਰ ਸਿੰਘ ਭੁੱਲਰ, ਐਡਵੋਕੇਟ ਹਾਈਕੋਰਟ ਮੋੜਾ ਸਿੰਘ, ਅਣਜਾਣ ਸੁਖਚੈਨ ਸਿੰਘ, ਗੁਰਜੀਤ ਸਿੰਘ, ਗੁਰਪਿੰਦਰ ਸਿੰਘ ਭੁੱਲਰ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ। ਪੰਜਾਬ ਦਾ DGP ਇਹ ਕਹਿੰਦਾ ਕਿ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਜਿਹੜਾ ਵੀ ਕੋਈ ਵਿਅਕਤੀ ਗੁਰੂ ਨਾਨਕ ਨਾਮ ਲੇਵਾ, ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਨੂੰ ਮੰਨਣ ਵਾਲਾ, ਚਾਹੇ ਉਹ ਕਿਸੇ ਵੀ ਫਿਰਕੇ ਦੇ ਨਾਲ ਸੰਬੰਧ ਰੱਖਦਾ, ਉਹ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਆਪਣੀਆਂ ਸੰਵੇਦਨਾਵਾਂ, ਆਪਣੀ ਭਾਵਨਾ, ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉੱਥੇ ਮੱਥਾ ਟੇਕਣਾ ਚਾਹੁੰਦਾ ਹੈ। ਇਹ ਉਹ ਕੋਰੀਡੋਰ ਹੈ ਜਿਹਦੇ ਵਾਸਤੇ ਸਰਦਾਰ ਕੁਲਦੀਪ ਸਿੰਘ ਵਡਾਲਾ ਕਿਸੇ ਟਾਈਮ ਰੋਜ਼ ਸ਼ਾਮ ਨੂੰ ਤਕਾਲ ਸੰਧਿਆ ਦੇ ਟਾਈਮ, ਰਹਿਰਾਸ ਦੇ ਟਾਈਮ ਅਰਦਾਸ ਕਰਿਆ ਕਰਦੇ ਸੀ ਕਿ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਨੂੰ ਇੰਨੀ ਤੋਫੀਕ ਬਖਸ਼, ਸਬੱਤ ਬਖਸ਼ ਕਿ ਜਿਹੜਾ ਇਹ ਅਕਾਲ ਪੁਰਖ ਸਾਹਿਬ ਦੀ ਕਿਰਪਾ ਦੇ ਨਾਲ ਕਰਤਾਰਪੁਰ ਦਾ ਲਾਂਘਾ ਖੁੱਲ੍ਹ ਜਾਵੇ, ਕਿਉਂਕਿ ਉਸ ਸਮੇਂ ਦੂਰਬੀਨ ਲਗਾ ਕੇ ਉੱਥੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਸੀ ਸੰਗਤਾਂ ਨੂੰ, ਅਤੇ ਜੇਕਰ ਕੁਛ ਚੰਗੇ ਸਟੇਟ ਪੱਖੀ ਮਾਨਵਤਾ ਪੱਖੀ ਸੱਜਣਾਂ ਦੇ ਸਹਿਯੋਗ ਦੇ ਨਾਲ ਇਹ ਲਾਂਘਾ ਖੁੱਲ੍ਹਿਆ ਹੋਇਆ ਤਾਂ ਪੰਜਾਬ ਦਾ DGP ਕਹਿੰਦਾ ਕੋਈ ਵਿਅਕਤੀ ਮੱਥਾ ਟੇਕਣ ਜਾਂਦਾ ਤਾਂ 6 ਘੰਟਿਆਂ ਦੇ ਵਿੱਚ ਉਹਨੂੰ ਬੰਬ ਬਣਾਉਣ ਦੀ ਸਿਖਲਾਈ ਦੇ ਦਿੱਤੀ ਜਾਂਦੀ ਹੈ ਅਤੇ ਉਹਨੂੰ ਕਿਸੇ ਅੱਤਵਾਦੀ ਕੈਂਪ 'ਚ ਲਿਜਾ ਕੇ ਟ੍ਰੇਨ ਕੀਤਾ ਜਾ ਸਕਦਾ। ਬਹੁਤ ਸਾਰੇ ਲੋਕਾਂ ਨੂੰ ਇਹ ਬਿਆਨ ਜਿਹੜਾ ਇੱਕ ਬਹੁਤ ਸਪਾਟ ਬਿਆਨ ਲੱਗਦਾ, ਬਹੁਤ ਸਾਰੇ ਜਰਨਲਿਸਟ ਵੀਰਾਂ ਨੇ, ਸਹਾਫ਼ੀ ਜਿਹੜੇ ਇੱਥੇ ਆਏ ਆ, ਉਹਨਾਂ ਨੇ ਇਹ ਗੱਲ ਕੀਤੀ ਆ ਕਿ ਉਹਨੇ ਆਪਣੇ ਜਿਹੜੇ ਸ਼ਬਦ ਆ ਉਹ ਵਾਪਸ ਲੈ ਲਏ ਆ। ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰਾਂ ਕਿ ਉਹਨੇ ਇਹ ਕਿਹਾ ਵਾ ਕਿ ਮੇਰੇ ਜਿਹੜੇ ਸ਼ਬਦ ਆ, ਮੇਰੀ ਸਟੇਟਮੈਂਟ ਨੂੰ ਮਿਸਅੰਡਰਸਟੂਡ ਕੀਤਾ ਗਿਆ, ਅਤੇ ਦੈਟ ਹੈਜ਼ ਬੀਨ ਮਿਸਕੰਸਟਰੂਡ ਕਿ ਮੈਂ ਜੋ ਕਿਹਾ ਉਹ ਠੀਕ ਹੈ, ਬਟ ਉਹਨੂੰ ਮੀਡੀਆ ਨੇ ਹੋਰ ਢੰਗ ਨਾਲ ਪੇਸ਼ ਕੀਤਾ ਹੈ। ਸੈਕਿੰਡਲੀ, ਪੰਜਾਬ ਦਾ ਬੇਸ਼ਰਮ ਮੁੱਖ ਮੰਤਰੀ ਜਿਹੜਾ ਹੈਗਾ ਉਹ ਵਿਧਾਨ ਸਭਾ 'ਚ ਖੜ੍ਹ ਕੇ ਆਪਦੇ DGP ਨੂੰ ਡਿਫੈਂਡ ਕਰ ਰਿਹਾ ਵਾ। ਉਹ DGP ਜਿਹਨੂੰ 6 IPS ਸੀਨੀਅਰ ਮੋਸਟ ਅਫਸਰਾਂ ਨੂੰ ਸੁਪਰਸੀਡ ਕਰਕੇ ਪਹਿਲਾਂ ਪ੍ਰੋਟੋਕੋਲ ਨੂੰ, ਨੋਰਮਸ ਨੂੰ, ਪੰਜਾਬ ਪੁਲਿਸ ਦੇ ਰੂਲਸ ਨੂੰ ਸਾਰਿਆਂ ਨੂੰ ਵਾਇਲੇਟ ਕਰਕੇ ਬਾਈਪਾਸ ਕਰਕੇ ਉਹਨੂੰ DGP ਬਣਾਇਆ ਗਿਆ। ਹੁਣ ਵਿਧਾਨ ਸਭਾ ਦੇ ਵਿੱਚ ਪੂਰੀ ਬੇਸ਼ਰਮੀ ਦੇ ਨਾਲ ਉਹਨੂੰ ਡਿਫੈਂਡ ਕੀਤਾ ਗਿਆ ਵਾ। ਆਮ ਕੋਈ ਵੀ ਵਿਅਕਤੀ ਹੋਵੇ ਉਹਨੂੰ ਉਸੇ ਵੇਲੇ ਕਿਹਾ ਜਾਂਦਾ ਵੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗ, ਤੈਨੂੰ ਤਨਖਾਹੀਆ ਕਰਾਰ ਦੇ ਦੇਣਾ ਵਾ। ਪੰਜਾਬ ਦਾ ਮੁੱਖ ਮੰਤਰੀ DGP ਨੂੰ ਨਹੀਂ ਕਹਿ ਸਕਦਾ ਕਿ ਤੂੰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਫੇਸ ਬਚਾਈ ਆ, ਉਹਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਤੈਨੂੰ ਸੰਗਤ ਦੇ ਵਿੱਚ ਜਾ ਕੇ ਮਾਫ਼ੀ ਮੰਗਣੀ ਪਊਗੀ, ਪਬਲਿਕਲੀ ਤੈਨੂੰ ਆਪਣੇ ਸ਼ਬਦ ਜਿਹੜੇ ਆ ਵਿਡਰਾਅ ਕਰਨੇ ਪੈਣਗੇ। ਸੈਕਿੰਡਲੀ, ਸਾਡੀ ਇਹ ਵੀ ਮੰਗ ਹੈ ਕਿ 295A ਦਾ ਪਰਚਾ ਜਿਹੜਾ ਹੈਗਾ ਉਹ DGP 'ਤੇ ਦਰਜ ਹੋਣਾ ਚਾਹੀਦਾ, ਕਿਉਂਕਿ ਜਦੋਂ ਕੋਈ ਵੀ ਆਮ ਬਸ਼ਿੰਦਾ ਇੱਕ ਛੋਟੀ ਜਿਹੀ ਵੀ ਸਟੇਟਮੈਂਟ ਦਿੰਦਾ ਕਿਸੇ ਧਰਮ ਦੇ ਖਿਲਾਫ਼ ਜਾਂ ਕਿਸੇ ਧਾਰਮਿਕ ਆਗੂ ਦੇ ਖਿਲਾਫ਼, ਤਾਂ ਉਹਦੇ ਖਿਲਾਫ਼ ਮਿੰਟੋ ਮਿੰਟ ਜਿਹੜੀਆਂ ਧਾਰਮਿਕ ਜਥੇਬੰਦੀਆਂ ਵਾ ਜਾਂ ਹੋਰ ਫਿਰਕਿਆਂ ਨਾਲ ਸੰਬੰਧਿਤ ਲੋਕ ਨੇ, ਉਹ ਇਹ ਚਾਰਾਜੀ ਕਰਦੇ ਆ ਕਿ ਇਹਦੇ ਖਿਲਾਫ਼ ਜਿਹੜਾ ਹੈਗਾ 295A ਦਾ ਪਰਚਾ ਦਰਜ ਕੀਤਾ ਜਾਵੇ, ਅਤੇ ਉਹ ਪਰਚੇ ਦਰਜ ਕਰ ਨਹੀਂ ਦਿੱਤੇ ਜਾਂਦੇ ਆ। ਸੋ ਅਸੀਂ ਇਹ ਗੱਲ ਵੀ ਸਾਡੇ ਵਿਚਾਰ ਅਧੀਨ ਆ ਕਿ ਜੇਕਰ ਮੁੱਖ ਮੰਤਰੀ ਪੰਜਾਬ ਨੇ DGP ਦੇ ਖਿਲਾਫ਼ ਵਿਭਾਗੀ ਕਾਰਵਾਈ ਕਰਕੇ ਉਹਨੂੰ ਬਰਖਾਸਤ ਨਾ ਕੀਤਾ ਜਾਵੇ ਦੇ ਖਿਲਾਫ਼, ਕਾਨੂੰਨੀ ਜਿਹੜੀ ਹੈਗੀ ਆ
ਸੋ ਕਾਰਵਾਈ ਨਾ ਕੀਤੀ ਤਾਂ ਅਸੀਂ 295A ਦੇ ਤਹਿਤ ਇੱਕ ਕ੍ਰਿਮੀਨਲ ਕੰਪਲੇਂਟ ਜਿਹੜੀ ਹੈਗੀ ਆ ਉਹ ਸਿਵਲ ਅਦਾਲਤ ਫਿਰੋਜ਼ਪੁਰ ਦੇ ਵਿੱਚ ਦਾਇਰ ਕਰਾਂਗੇ। ਉਹ ਮਸਲਾ ਹਾਲੇ ਸਾਡੀ ਸਾਰੀ ਟੀਮ ਦੇ ਸਾਹਮਣੇ ਵਿਚਾਰ ਅਧੀਨ ਆ। ਹੁਣ ਗੱਲ ਜਿਹੜੀ DGP ਨੇ ਕਹੀ ਹੈ ਉਹ ਕਹਿੰਦਾ ਕਿ 6 ਘੰਟਿਆਂ ਦੇ ਵਿੱਚ ਤੁਸੀਂ ਕਰਤਾਰਪੁਰ ਜਾਂਦੇ ਹੋ ਤਾਂ ਤੁਹਾਨੂੰ ਜਿਹੜਾ ਹੈਗਾ ਅੱਤਵਾਦੀ ਟ੍ਰੇਨਿੰਗ ਕੈਂਪ 'ਚ ਲਿਜਾਇਆ ਜਾਊਗਾ ਅਤੇ ਉਸ ਤੋਂ ਵੀ ਸਿਸਟਮ ਗੱਲ ਕਿ ਤੁਹਾਨੂੰ IED ਬਣਾਉਣ ਦੀ ਜਿਹੜੀ ਹੈਗੀ ਉਹ ਟ੍ਰੇਨਿੰਗ ਦਿੱਤੀ। ਹੁਣ IED ਕੀ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਪਤਾ ਹੀ ਨਹੀਂ, ਦੈਟ ਇਜ਼ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ, ਕਿ ਇੱਕ ਤਰ੍ਹਾਂ ਦਾ ਜਿਹੜਾ ਬੰਬ ਜਿਹੜਾ ਦੇਸੀ ਤਰੀਕੇ ਨਾਲ ਬਣਾਇਆ ਜਾ ਸਕਦਾ ਅਤੇ ਜਿਹਦੀ ਅੱਤਵਾਦੀ ਜਾਂ ਗੁਰੀਲਾ ਯੁੱਧ ਕਰਨ ਵਾਲੇ ਜਾਂ ਜਿਹੜੇ ਸਿਰੀਆ ਦੇ ਵਿੱਚ ISI ਵਾਲੇ ਟੈਰਰਿਸਟ ਆ ਉਹ ਉਹਦੀ ਵਰਤੋਂ ਕਰਦੇ ਆ। ਸੋ ਦੈਟ ਇਜ਼ ਅ ਵੈਰੀ ਸੈਂਸਿਟਿਵ ਸਟੇਟਮੈਂਟ ਐਂਡ ਇਹਨੂੰ ਇੰਨੇ ਹਲਕੇ 'ਚ ਨਹੀਂ ਲਿਆ ਜਾ ਸਕਦਾ। ਇਟਸ ਅ ਵੈਰੀ ਹੀਨੀਅਸ ਕ੍ਰਾਈਮ ਵਿਚ ਹੈਜ਼ ਬੀਨ ਕਮਿਟਡ ਬਾਏ ਦਾ ਆਨਰੇਬਲ DGP ਹੂਜ਼ ਸਿਟਿੰਗ ਔਨ ਸੱਚ ਅ ਰਿਸਪੋਂਸੀਬਲ ਚੇਅਰ, ਇੱਕ ਐਸੀ ਜ਼ਿੰਮੇਵਾਰਾਨਾ ਪੋਸਟ ਦੇ ਉੱਪਰ ਬੈਠ ਕੇ ਇਸ ਤਰ੍ਹਾਂ ਦੀ ਬਚਕਾਨਾ ਅਤੇ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਦੇਣੀ ਜਿਹੜੀ ਉਹਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਮੋਰਓਵਰ ਪੰਜਾਬ ਦੇ ਵਿੱਚ ਡਰੱਗ ਕਾਟਲ ਜਿਹੜਾ ਹੈਗਾ ਉਹਨੇ ਲੋਕਾਂ ਦਾ ਜੀਣਾ ਦੁੱਬਰ ਕੀਤਾ ਹੋਇਆ, ਮਾਵਾਂ ਦੇ ਪੁੱਤ ਮਰ ਰਹੇ ਆ। ਪੰਜਾਬ ਦੇ ਵਿੱਚ ਲੈਂਡ ਮਾਫੀਆ, ਸੈਂਡ ਮਾਫੀਆ ਉੱਦਾਂ ਹੀ ਸਤਰਕ ਹੈ, ਉੱਦਾਂ ਹੀ ਐਕਟਿਵ ਆ ਜਿੱਦਾਂ ਅਕਾਲੀ ਸਰਕਾਰ ਵੇਲੇ ਸੀਗਾ। ਪੰਜਾਬ ਦੇ ਵਿੱਚ ਲੋਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਵੱਧ ਨਾਲੋਂ ਬਦਤਰ ਹੋਈ ਪਈ ਆ। ਟ੍ਰੈਫਿਕ ਵਾਇਲੇਸ਼ਨ ਜਿਹੜੀ ਹੈਗੀ ਆ ਟ੍ਰੈਫਿਕ ਦੀ ਕੋਈ ਮੈਨੇਜਮੈਂਟ ਨਹੀਂ ਹੈ। ਮੋਰਓਵਰ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ 5500 ਸਮਾਰਟ ਸਕੂਲ ਬਣਾ ਤੇ ਮੇਰੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ, ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿੱਚ ਉਹ ਕਹਿੰਦੇ ਕਿ 335 ਅਸੀਂ ਸਮਾਰਟ ਸਕੂਲ ਬਣਾਇਆ, ਜਿਨ੍ਹਾਂ 'ਚੋਂ ਇੱਕ ਮੇਰੇ ਪਿੰਡ ਦਾ ਵੀ ਸਮਾਰਟ ਸਕੂਲ ਆ ਅਤੇ DO ਦੇ ਰਿਕਾਰਡ ਦੇ ਵਿੱਚ ਉਸ ਬਿਲਡਿੰਗ ਨੂੰ ਅਨਸੇਫ ਡਿਕਲੇਅਰ ਕੀਤਾ ਹੋਇਆ ਵਾ। ਚਲੋ ਇਹ ਸਾਰੇ ਮਸਲੇ ਆਪਸ 'ਚ ਕੁਨੈਕਟਡ ਆ ਪਰ ਇਸ ਵਿਸ਼ੇ ਨਾਲੋਂ ਵੱਖਰੇ ਆ। ਮੈਂ ਦੁਬਾਰਾ ਉਸੇ ਗੱਲ 'ਤੇ ਆਊਂਗਾ ਕਿ DGP ਸਾਹਿਬ ਦੀ ਜਿਹੜੀ ਇਹ ਸਟੇਟਮੈਂਟ ਆ ਉਹਨੂੰ ਇੰਨਾ ਈਜ਼ੀਲੀ ਨਹੀਂ ਲਿਆ ਜਾ ਸਕਦਾ ਅਤੇ ਨਾ ਹੀ ਇੰਨੀ ਛੇਤੀ ਉਹਨਾਂ ਦੇ ਕਹਿਣ ਨਾਲ ਕਿ ਮੁੱਖ ਮੰਤਰੀ ਸਾਹਿਬ ਕੱਲ੍ਹ ਵਿਧਾਨ ਸਭਾ 'ਚ ਖੜ੍ਹੇ ਹੋ ਕੇ ਕਹਿੰਦੇ ਕਿ ਭਾਈ ਮਨੁੱਖ ਗਲਤੀ ਦਾ ਪੁਤਲਾ ਆ, ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਅੰਗਰੇਜ਼ੀ ਦਾ ਇੱਕ ਫਰੇਜ਼ ਆ ਕਿ 2 ਐਰ ਇਜ਼ ਹਿਊਮਨ, ਕਿ ਮਨੁੱਖ ਗਲਤੀ ਦਾ ਪੁਤਲਾ ਵਾ, ਕੋਈ ਵੀ ਗਲਤੀ ਕਰ ਸਕਦਾ, ਬਟ ਦਿਸ ਇਜ਼ ਨੋਟ ਸੱਚ ਅ ਕਾਮਨ ਹਿਊਮਨ ਐਰਰ, ਇਹ ਇੱਕ ਸੋਚੀ ਸਮਝੀ। ਬਿਊਰੋ ਰਿਪੋਰਟ, ਆਵਾਜ਼ ਕਮ TV।